अमृतसर के लॉरेंस रोड पर एक 5 मंजिला बिल्डिंग में आग लगने की वजह से बिल्डिंग के नीचे हिस्से में स्थित एक स्वीट शॉप, इमिग्रेशन व कंप्यूटर सेंटर में भयंकर आग लग गई, जिसकी वजह से करोड़ों रुपए का नुकसान होने की आशंका जताई जा रही है। इस मौके पर दुकानदारों ने बताया कि आग लगने की सूचना पर दमकल विभाग ने मौके पर पहुँच कर आग पर काबू पाया। वहीं उन्होंने कहा कि पहले तो फायर ब्रिगेड का नंबर ही नहीं मिला, उसके बाद जब तक दमकल विभाग पहुँचा तब तक सब कुछ जलकर खाक हो चुका था। झूठ बोलना ਮੈਨੂੰ ਪਤਾ ਲੱਗਾ ਕਿ ਅੰਦਰ ਏ ਸੀ ਦਾ ਸਰਕਟ ਹਾਊਸ ਕਰਨ ਲੱਗੇ ਸੀ, ਆਨ ਕਰਨ ਲੱਗੇ, ਉਹਦੇ ਕਰਕੇ ਅੱਗ ਲੱਗ ਗਈ ਹੈ। ਜਦੋਂ ਇਹਨਾਂ ਫੋਨ ਕੀਤਾ ਫਾਇਰ ਬ੍ਰਿਗੇਡ ਵੀ ਆ ਗਈ, ਅਸੀਂ ਉਹ ਤੋਂ ਪਹਿਲਾਂ ਪਹੁੰਚ ਗਏ ਹਾਂ। ਅਸੀਂ ਵੀ ਸਗੋਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਅਤੇ ਬੁਲਾਇਆ ਅਤੇ ਜਲਦੀ ਆ ਕੇ ਅਤੇ ਆ ਕੇ ਤਾਂ ਕੰਟਰੋਲ ਕਰ ਲਿਆ। ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਇਹਨਾਂ ਦਾ ਪਹਿਲਾਂ ਨੰਬਰ ਹੀ ਨਹੀਂ ਚੱਲਦੇ, ਕੋਈ ਨੰਬਰ ਫੋਨ ਚੁੱਕਦੇ ਨਹੀਂ। ਫਿਰ ਜੇ ਫੋਨ ਚੁੱਕਦੇ ਆਉਂਦੇ ਕਹਿੰਦੇ ਤੁਹਾਡੇ ਸਾਹਮਣੇ ਵੇਖ ਲਓ ਕਿੰਨੇ ਵਜੇ ਆਏ ਨੇ, ਕਿ ਘੰਟੇ ਡੇਢ ਘੰਟੇ ਬਾਅਦ ਆਏ ਨੇ, ਜਿਹਦਾ ਸਾਡਾ ਇਹਨਾਂ ਨੂੰ ਨੁਕਸਾਨ ਹੋਗਾ ਕੌਣ ਜ਼ਿੰਮੇਵਾਰ ਹੈ? ਬਾਕੀ ਸਰਕਾਰ ਬਿਜਲੀ ਘਰ ਦੇ ਮਹਿਕਮੇ ਨੂੰ ਦੱਸੋ ਕੁਝ ਦੱਸ ਦਵੋ, ਹਰ ਵਾਰੀ ਬਿਜਲੀ ਘੱਟ ਵੱਧ ਹੋ ਰਹੀਆਂ ਨੇ, ਅੱਗ ਲੱਗ ਰਹੀਆਂ ਨੇ, ਲੋਕਾਂ ਨੂੰ ਨੁਕਸਾਨ ਹੋ ਰਿਹਾ, ਕੋਈ ਜ਼ਿੰਮੇਵਾਰੀ ਨਹੀਂ, ਕੋਈ ਸੁਣਵਾਈ ਨਹੀਂ ਹੋ ਰਹੀ। ਮੇਰਾ ਨਾਮ ਡਿੰਪਲ ਬਹਿਲ ਹੈ। 10 ਵਜੇ ਫਾਇਰ ਬ੍ਰਿਗੇਡ ਨੂੰ ਪਹਿਲੇ ਤਾਂ ਫੋਨ ਕੀਤਾ, ਪਹਿਲਾਂ ਫੋਨ ਕੀਤਾ 10:03 ਤੇ 11 ਵਜੇ ਤੱਕ ਵੀ ਫਾਇਰ ਬ੍ਰਿਗੇਡ ਇੱਥੇ ਆਈ ਨਹੀਂ ਸੀ ਹੋਈ। ਫਿਰ 11 ਵਜੇ ਦੇਖੋ ਮੈਂ ਦੁਬਾਰਾ ਫੋਨ ਕੀਤਾ, ਫਿਰ ਜਾ ਕੇ ਆਏ। ਇਹ ਫਾਇਰ ਬ੍ਰਿਗੇਡ ਦਾ ਹਾਲ ਹੈ, ਸਾਡੀ ਗਵਰਨਮੈਂਟ ਦਾ ਹਾਲ ਦੇਖੋ, ਕਿੰਨਾ ਬਚਾਅ ਹੋ ਜਾਣਾ ਸੀ। ਕਾਰਨ ਦੀ ਏਸੀ ਦਾ ਸਪਾਰਕ ਹੋਇਆ ਨਾ, ਬਟ ਨਿਗਹਿ ਕਹਿੰਦੀ ਹੈ ਫਾਇਰ ਬ੍ਰਿਗੇਡ ਵਾਲਿਆਂ ਦੀ, ਜੇ ਟਾਈਮ ਸਿਰ ਆਏ ਹੀ ਨਹੀਂ। ਜਦੋਂ ਐਮਰਜੈਂਸੀ ਵੈਸੇ ਪਹਿਲਾਂ ਤਾਂ ਫੋਨ ਨਹੀਂ ਚੱਲਦੇ, ਜੇ ਫੋਨ ਚੱਲਦੇ ਆ ਤਾਂ ਘੰਟਾ ਲੇਟ, ਇੱਕ ਘੰਟਾ ਲੇਟ ਅੱਗ ਲੱਗੀ, ਘੰਟਾ ਲੇਟ। ਮੈਂ ਫਾਇਰ ਅਫਸਰ, ਸਬ ਫਾਇਰ ਅਫਸਰ ਰਾਜ ਐਂਥਨੀ, ਇਹ ਬਿਲਕੁਲ ਆਪਣਾ ਸਹੀ ਰਿਸਪੋਂਸ ਟਾਈਮ ਆ, ਬਿਲਕੁਲ ਸਾਡੀਆਂ ਗੱਡੀਆਂ ਮੁਸ਼ਕਲ ਨਾਲ 7 ਮਿੰਟ ਦੇ ਅੰਦਰ ਇੱਥੇ ਹੀ। ਹਾਂਜੀ, ਉਹ ਆਉਂਦਾ ਟਾਈਮ ਆ ਕਤਵਾਲੀ ਤੋਂ, ਨਹੀਂ ਉਹ ਗਲਤ ਕਹਿ ਰਹੇ ਨੇ। ਇੱਕ ਤਾਂ ਇੱਥੇ ਕੋਈ ਇਹਨਾਂ ਫਾਇਰ ਸੇਫਟੀ ਦਾ ਇੰਤਜ਼ਾਮ ਨਹੀਂ ਕੀਤਾ, ਜਦੋਂ ਕਿ ਇਹਨਾਂ ਦਾ ਆਪਣਾ ਸੈਲਫ ਨਾ ਕੋਈ ਫਾਇਰ ਐਕਸਟਿੰਗਸ਼ਰ ਆ, ਤੋ ਇਹਨਾਂ ਨੇ ਆਪਣੇ ਵੈਂਟੀਲੇਸ਼ਨ ਵੀ ਬੰਦ ਕੀਤੀ ਆ ਕਿਸੇ ਪਾਸੇ ਕੋਈ ਵੀ। ਸਾਡੀਆਂ ਗੱਡੀਆਂ ਬਿਲਕੁਲ ਸਹੀ ਰਿਸਪੋਂਸਮੈਂਟ ਦੇ ਟਾਊਨ ਹਾਲ ਤੋਂ ਆਈ ਆ। ਅੱਗ ਦਾ ਅਜੇ ਇਨਵੈਸਟੀਗੇਸ਼ਨ ਹੋਏਗੀ, ਫਿਰ ਅਜੇ ਕੋਈ ਪਤਾ ਨਹੀਂ, ਸਪਸ਼ਟ ਨਹੀਂ ਆ, ਕਿਉਂਕਿ ਅੰਦਰ ਪ੍ਰੋਪਰ, ਕਿਉਂਕਿ ਅਜੇ ਧੂੰਆਂ ਧਾਵਾਂ ਹੈ, ਪਤਾ ਨਹੀਂ ਲੱਗ ਸਕਦਾ ਜੀ, ਬਾਅਦ 'ਚ ਪਤਾ ਕਰਕੇ ਦੱਸਿਆ ਜਾਵੇਗਾ। ਜਾਗਰਤੀ ਲਹਿਰ ਕੇ ਲੀਏ ਅੰਮ੍ਰਿਤਸਰ ਸੇ ਅਮਨ ਮਾਹਲ ਕੀ ਰਿਪੋਰਟ।